अगर आपने हमारे चैनल को सब्सक्राइब नहीं किया है तो इसे सब्सक्राइब कर लें। मंडियों में कम गेहूं तौलकर सरकार पर लगाए जा रहे चूने की उच्च स्तरीय जांच से बड़े पैमाने पर घोटाले उजागर हो सकते हैं। यद्यपि पंजाब सरकार मंडियों में बैठे किसानों को सभी सुविधाएं प्रदान करने के लिए प्रतिबद्ध है, लेकिन जब मंडियों का मौसम आता है तो हर जगह किसानों को लूटने का प्रयास किया जाता है। लेकिन जिला श्री मुक्तसर साहिब के मंडी चक मदरसा में एक ऐसा ही मामला प्रकाश में आया है। कुछ अरहत संतोख सिंह प्रताप सिंह फर्म ने मार्कफेड एजेंसी पर आरोप लगाया कि जब वह ओवरबोर्ड गया तो गेहूं के ट्रक पर कर लगा दिया। 11 टैम के 4 क्विंटल के बाद निरीक्षकों आरोप लगा के रास्ते में उसकी गेहूं खींच दी। ट्रक गया लोड हो गए गोदाम से, ओदा वजन घट आया, तोलिया तो रुकिया खड़ा, अजे भी रुकिया खड़ा। संतोख सिंह प्रताप सिंह अजे गड्डी खाली नहीं हुई, गड्डी खाली हुई तो पता चलेगा। ਮੈਂ ਤਾਂ ਇੱਥੋਂ 50 ਕਿਲੋ ਤੋੜ ਕੇ ਲੈਣੇ ਆ, ਉਹ ਤਾਂ ਗੋਦਾਮ ਤੇ ਪਤਾ ਲੱਗੂਗਾ ਜੋ ਘਟਦਾ ਖਾਲੀ ਹੋਏ ਤਾਂ। ਪਹਿਲਾਂ ਵੀ 4 ਟਰੱਕ ਜਾ ਚੁੱਕੇ ਆ, ਉਹਨਾਂ ਵਿੱਚ ਵੀ ਜਿਹੜਾ ਦੱਸਿਆ ਜਾ ਰਿਹਾ ਕਿ 4-4 ਕੁਇੰਟਲ ਜਿਹੜਾ ਮਾਲ ਉਹ ਨਹੀਂ ਨਹੀਂ ਕੋਈ 4-4 ਨਹੀਂ, ਕਿਸੇ ਦਾ 150 ਜਾਂ ਕੱਟੇ ਸੀ ਉਹ ਇਹਨਾਂ ਨੇ 8 ਦਿਨ ਦੇ ਦਿੱਤੀ ਸ਼ਾਟ। ਤੁਸੀਂ ਆਪ ਹੀ ਦੱਸ ਰਹੇ ਸੀ ਜਿਹੜਾ 4 ਟਰੱਕ ਗਏ ਤੇ 4 ਟਰੱਕਾਂ ਦੇ ਵਿੱਚੋਂ ਜਿਹੜਾ 4-4 ਕੁਇੰਟਲ ਜਿਹੜਾ ਮਾਲ ਉਹ ਜਾ ਰਿਹਾ, ਪਰ ਤੁਸੀਂ ਹੁਣ ਇਹ ਕਿਉਂ ਕਹਿ ਰਹੇ ਹੋ? ਨਹੀਂ ਜੀ, ਪਹਿਲਾਂ ਜੋ ਜਿਹੜਾ ਗਿਆ ਸੀ ਕੋਈ ਕਿਸ ਚੋਂ ਕੱਟਿਆ ਸੀ ਜਿਹੜਾ ਉਹ 8 ਦਿਨ ਦੇ ਦਿੱਤੀ ਸ਼ਾਟ। ਮਤਲਬ ਪ੍ਰੈਸ ਨੂੰ ਪਤਾ ਲੱਗ ਗਿਆ ਜੇ ਕੋਈ ਵੱਧ ਸੀ ਜਾਂ ਘੱਟ ਸੀ ਤੇ ਵੀ ਇਹਨਾਂ ਨੂੰ ਲੱਦਾਂ ਮਾਰ ਦਿਓ, ਇਹਦਾ ਮਤਲਬ ਜਿਹੜੀ ਪਹਿਲਾਂ ਬੋਰੀ ਗਈ ਹੈ ਉਹਦੇ ਚ ਵੀ ਕੋਈ ਹੈ ਗੜਬੜੇਸ਼ਨ? ਨਹੀਂ ਜੀ, ਬਿਲਕੁਲ ਕੋਈ ਨੀ, ਉਹ 50 ਕਿਲੋ ਪੂਰੀ ਤਲਾਈ ਜਾਂਦੀ ਹੈ ਇੱਥੇ। ਨਹੀਂ ਜੀ ਨਹੀਂ, ਇਹ ਪੱਖੇ ਦੀ ਵੀ ਉਹਦੇ 'ਚ ਮੱਖੀ ਸੀ ਜਾਂ ਉਹ ਸੀ ਗਿੱਲੀ ਸੀ ਕਣਕ, ਇਹਦਾ ਮਤਲਬ ਵੀ ਉਹ ਪਹਿਲਾਂ ਵੀ ਹੋਇਆ ਕੋਈ 2 ਨੰਬਰ ਦਾ ਕੰਮ? ਹੁਣ ਮੈਂ ਤਾਂ ਭਾ ਲਾ ਕੇ ਤੁਰ ਜਾਂਦਾ ਜੀ, ਉਸ ਬਾਅਦ ਜੇ ਕੋਈ ਹੋ ਜਾਂਦੀ ਹੈ ਤਾਂ ਉਸ ਬਾਰੇ ਤਾਂ ਪਤਾ ਲੱਗੇ। ਜ਼ਿੰਮੇਵਾਰੀ ਤਾਂ ਹੈ ਹੀ ਆ ਜੀ। ਹਾਂ, ਇੰਸਪੈਕਟਰ ਨੇ ਕਿਹਾ ਵੀ ਸਾਨੂੰ ਇਹ ਦੁਬਾਰਾ ਇਹਨੂੰ ਪੱਖਾ ਲਾਇਆ ਜਾਵੇ, ਇੱਥੇ ਪੱਖਾ ਨਹੀਂ ਲੱਗਿਆ, ਲੇਬਰ ਇਹ ਗੱਲ ਕਹਿ ਰਹੀ ਹੈ। ਮੈਂ ਇਸ ਬਾਰੇ ਤਾਂ ਕੋਈ ਨਹੀਂ ਜੀ, ਉਹਦਾ ਡਰ ਦੇਣਾ ਤੁਹਾਡਾ ਕੋਈ ਕਰਤਾ ਹੋਵੇ ਕੀ? ਨਹੀਂ, ਸਾਨੂੰ ਹਜੇ ਹੁਣ ਅਸੀਂ ਪੱਖਾ ਵੀ ਦੇਖਿਆ, ਬੋਰੀਆਂ 'ਚ ਲੱਗਿਆ ਵਾ ਪੱਖਾ, ਬੋਰੀਆਂ ਖੁਲਵਾ ਕੇ ਉਹਦੇ ਉੱਤੇ ਪੱਖਾ ਲਗਾਇਆ ਜਾ ਰਿਹਾ ਦੁਬਾਰਾ। ਉਹ ਚੈੱਕ ਕਰਨ 'ਤੇ ਜੇ ਕੋਈ ਹੁੰਦਾ ਤਾਂ ਉਹ ਕਰਾਇਆ ਜਾਂਦਾ ਜੀ। ਠੀਕ, ਹੁਣ ਵੀ ਜਦੋਂ ਅਸੀਂ ਆਏ ਸੀ ਮੰਡੀ 'ਚ ਜਿਹੜੇ ਮਾਰਕੀਟ ਕਮੇਟੀ ਦੇ ਜਿਹੜੇ ਇੱਥੇ ਡਿਊਟੀ ਲੱਗੀ ਉਹਨਾਂ ਦੇ ਸਾਹਮਣੇ ਅਸੀਂ ਮਾਲ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਵੀ 300-400 ਗ੍ਰਾਮ ਕਈ ਬੋਰੀ ਪੂਰੀ ਵੀ ਹੈ, ਕਈ ਘੱਟ ਆ ਰਹੀਆਂ ਨੇ। ਕੀ ਕਾਰਨ? ਇਹ ਕਮੇਟੀ ਦੀ ਜ਼ਿੰਮੇਵਾਰੀ ਹੈ ਇੱਥੇ ਮਾਲ ਤੋਲਣਾ ਜੀ। ਇੱਥੇ ਕਮੇਟੀ ਦਾ ਹੈਡ ਆ ਇੱਥੇ ਹੁਣੇ। ਕੀ ਨਾਂ ਜੀ? ਮੇਰਾ ਨਾਂ ਸੁਰਿੰਦਰ ਕੁਮਾਰ ਹੈ ਜੀ, ਮਾਰਕੀਟ ਕਮੇਟੀ ਜਾਇਆ ਅਤੇ ਮੰਡੀ ਸੁਪਰਵਾਈਜ਼ਰ ਮੈਂ ਕੰਮ ਕਰ ਰਿਹਾ। ਚੱਕ ਮਦਰਾਸਾ ਮੇਰੀ ਸੁਪਰਵੀਜ਼ਨ ਦੇ ਡਿਊ ਕਣਕ ਦੇ ਸੀਜ਼ਨ ਦੌਰਾਨ ਸੁਪਰਵੀਜ਼ਨ ਦੇ ਡਿਊਟੀ ਲੱਗੀ ਹੋਈ ਹੈ। ਮੈਨੂੰ ਸ਼ਿਕਾਇਤ ਮਿਲੀ ਸੀ ਕਿ ਉਸ ਚੱਕ ਮਦਰਾਸਾ ਮੰਡੀ ਦੇ ਵਿੱਚ ਕਣਕ ਘੱਟ ਤੋਲੀ ਜਾ ਰਹੀ ਹੈ। ਜਦੋਂ ਜਾ ਕੇ ਮੈਂ ਚੈੱਕ ਕੀਤੀ ਉੱਥੇ ਪੱਤਰਕਾਰਾਂ ਦੀ ਟੀਮ ਵੀ ਮੌਜੂਦ ਸੀ, ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ ਜਦੋਂ ਗੱਟੇ ਤੋਲੇ ਗਏ 10-12 ਗੱਟੇ ਤੋਲੇ ਸੀ, ਉਹਦੇ 'ਚ 5-7 ਗੱਟੇ ਠੀਕ ਨਿਕਲੇ, 5-7 ਗੱਟੇ ਜਿਨ੍ਹਾਂ ਦਾ ਵਜ਼ਨ 300 ਤੋਂ ਲੈ ਕੇ 400 ਗ੍ਰਾਮ ਤੱਕ ਘੱਟ ਪਾਇਆ ਗਿਆ। ਉਹਨਾਂ ਦੀ ਉਸ ਚੀਜ਼ ਦੀ ਰਿਪੋਰਟ ਆ ਕੇ ਮੈਂ ਆਪਣੇ ਅਫਸਰ ਨੂੰ ਦੇਤੀ ਹੈ ਜੀ। ਜਿਹੜਾ ਬੰਦਾ ਵੀ ਦੋਸ਼ੀ ਪਾਇਆ ਗਿਆ ਮਾਰਕੀਟਿੰਗ ਐਕਟ ਦੇ ਹਿਸਾਬ ਨਾਲ ਉਹਦੇ ਵਿਰੁੱਧ ਪ੍ਰਸ਼ਾਸਕੀ ਜੋ ਵੀ ਕਾਰਵਾਈ ਬਣਦੀ ਹੋਈ ਉਹ ਅਸੀਂ ਕਾਰਵਾਈ ਆਰੰਭੀ ਹੋਈ ਹੈ ਅਤੇ ਕਾਰਵਾਈ ਕਰਾਂਗੇ। गिद्दड़ बाहा से शक्ति जिंदल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।